पंजाब सरकार के 11 माह का कार्यकाल पूरा होने पर भाजपा के प्रदेश सचिव विनीत जोशी ने की प्रेस कॉन्फ्रेंस। कहा, प्रदेश सरकार किसानों का पूर्ण कर्ज माफ नहीं कर पा रही है। नशा माफिया, ट्रांसपोर्ट माफिया, रेत माफिया का बोलबाला है, जबकि अब गुंडा टैक्स भी वसूला जा रहा है। कहा, प्रदेश सरकार के अब तक के कार्यकाल में 394 किसान खुदकुशी कर चुके हैं। ਹੁਣ ਗੁੰਡਾ ਟੈਕਸ ਤੁਹਾਨੂੰ ਪਤਾ ਕਿਹੜੇ ਮੰਤਰੀ ਕਹਿੰਦੇ ਪੰਜਾਬ 'ਚ ਗੁੰਡਾ ਟੈਕਸ ਲਿਆ ਜਾ ਰਿਹਾ? ਕੌਣ? ਸਰਦਾਰ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਜੋਜੋ ਨਹੀਂ ਲੈਂਦਾ, ਮੇਰਾ ਬ੍ਰਦਰ ਇਨ ਲਾਅ ਨਹੀਂ ਲੈਂਦਾ, ਪਰ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਸੋ ਇਹਨਾਂ ਦੇ ਆਪ ਦੇ ਵਜ਼ੀਰ ਜਿਹੜੇ ਨੇ ਰੇਤ ਮਾਫੀਏ ਨੂੰ ਕਬੂਲਦੇ ਨੇ, ਸ਼ਰਾਬ ਮਾਫੀਏ ਨੂੰ ਕਬੂਲਦੇ ਨੇ, ਗੁੰਡਾ ਟੈਕਸ ਨੂੰ ਕਬੂਲਦੇ ਨੇ, ਔਰ ਕੈਪਟਨ ਸਾਹਿਬ ਜਿਹੜੇ ਹੈ ਚੁੱਪ ਚੁੱਪ ਤੇ ਕੋਈ ਐਕਸ਼ਨ ਨਹੀਂ ਲੈਂਦੇ, ਐਕਸੈਪਟ ਫੋਰ ਵੀ ਪੁਲਿਸ ਨੂੰ ਕਹਿਤਾ ਉਹਨੂੰ ਬੰਦ ਕਰੋ। ਅੱਜ ਵੀ ਅਖਬਾਰ ਦੀ ਸੁਰਖੀਆਂ ਨੇ ਕਿ ਬਠਿੰਡੇ ਦੇ ਅੰਦਰ ਗੁੰਡਾ ਟੈਕਸ ਵਸੂਲਿਆ ਜਾ ਰਿਹਾ, ਔਰ ਰਿਫਾਇਨਰੀ ਜਿਹੜੀ ਹੈ ਇਹ ਸੋਚ ਰਹੀ ਹੈ ਕਿ ਜਿਹੜਾ ਅਸੀਂ ਸਮਾਨ ਮੰਗਾਉਂਦੇ ਟਰੱਕਾਂ ਦੇ ਰਾਹੀਂ ਹੁਣ ਅਸੀਂ ਉਹ ਰੇਲਵੇ ਟਰੈਕ ਦੇ ਰਾਹੀਂ ਮੰਗਾਉਣਾ ਸ਼ੁਰੂ ਕਰ ਦਈਏ। ਸ਼ਰਾਬ ਮਾਫੀਆ ਤਾਂ ਕਤਲਾ ਗਰਤ ਉਤਰਿਆ ਹੋਇਆ, ਇੱਕ ਦੂਜੇ ਦੇ ਏਰੀਏ 'ਚ ਜਾ ਕੇ ਅਟੈਕ ਕਰ ਰਿਹਾ। ਇਹ ਅਸੀਂ ਨਹੀਂ ਬੋਲ ਰਹੇ, ਤੁਹਾਡੇ ਅਖਬਾਰ ਟੀਵੀ ਚੈਨਲਸ ਦੀਆਂ ਵੀਡੀਓ ਕਲਿੱਪਸ ਬੋਲਦੀਆਂ, ਅਖਬਾਰ ਦੀ ਸੁਰਖੀਆਂ ਬੋਲਦੀਆਂ। ਦੋਸਤੋ, ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਮੈਂ ਉਹਨਾਂ ਆਂਕੜਿਆਂ ਨੂੰ ਬੋਲਣ ਜਾ ਰਿਹਾ ਜਿਹਨੂੰ ਬੋਲਦੇ ਹੋਏ ਮੈਨੂੰ ਬਹੁਤ ਦਰਦ ਹੁੰਦਾ। ਪੰਜਾਬ ਦੇ ਅੰਦਰ ਹੁਣ ਤੱਕ 16 ਫਰਵਰੀ ਤੱਕ, ਸਰਕਾਰ ਦਾ 11ਵਾਂ ਮਹੀਨਾ ਕੰਪਲੀਟ ਹੋਣ ਤੱਕ 394 ਕਿਸਾਨ ਆਤਮ ਹੱਤਿਆ ਕਰ ਚੁੱਕੇ ਨੇ।